ਲਓ ਜੀ, ਆਪਾਂ ਪਹੁੰਚਾਂ ਜੋਨ ਡੀਅਰ ਕੀ ਸਟਾਲ ਪਰ। ਔਰ ਜੋਨ ਡੀਅਰ ਕਾ ਫੋਰ ਵੀਲ ਡਰਾਈਵ ਮੇਂ ਟਰੈਕਟਰ ਏਕ ਦੋ ਤੀਨ ਔਰ ਚਾਰ ਫੋਰ ਵੀਲ ਡਰਾਈਵ ਮੇਂ ਹੈ, ਏਕ ਟਰੈਕਟਰ ਟੂ ਵੀਲ ਡਰਾਈਵ ਮੇਂ। ਯਾਨੀ ਕਿ ਅੱਜ ਕੱਲ੍ਹ ਕੇ ਫਾਰਮਰ ਫੋਰ ਵੀਲ ਡਰਾਈਵ ਜ਼ਿਆਦਾ ਲੈਣ ਲੱਗ ਰਹੇ, ਤਾਂ ਆਪਾਂ ਬਾਈ ਸਾਹਿਬ ਨੂੰ ਪੁੱਛ ਲਿਆ ਵੀ ਕਿਉਂ ਲੈਣ ਲੱਗ ਰਿਹਾ। ਬਾਈ ਜੀ ਰਾਮ ਰਾਮ। ਸਤਿ ਸ਼੍ਰੀ ਅਕਾਲ ਜੀ, ਸਾਰੇ ਹੀ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। 17ਵਾਂ PDFA ਇੰਟਰਨੈਸ਼ਨਲ ਡੇਅਰੀ ਐਂਡ ਐਗਰੀ ਐਕਸਪੋ 2024 ਜਗਰਾਓਂ ਦੇ ਵਿੱਚ ਅੱਜ ਅਸੀਂ ਜੋਨ ਡੀਅਰ ਟਰੈਕਟਰ ਦਾ ਸਟਾਲ ਲਗਾਇਆ ਹੈ। ਅੱਜ ਅਸੀਂ ਇੱਥੇ ਫੋਰ ਵੀਲ ਡਰਾਈਵ ਬਾਰੇ ਗੱਲ ਕਰਾਂਗੇ। ਹਰ ਇੱਕ ਕਿਸਾਨ ਵਾਸਤੇ ਫੋਰ ਵੀਲ ਡਰਾਈਵ ਟਰੈਕਟਰ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਜੇ ਪੰਜਾਬ ਦੀ ਗੱਲ ਕਰੀਏ ਤਾਂ ਅਸੀਂ ਹਰ ਦੂਜਾ ਟਰੈਕਟਰ ਫੋਰ ਵੀਲ ਡਰਾਈਵ ਵੇਚਦੇ ਹਾਂ। ਫੋਰ ਵੀਲ ਡਰਾਈਵ ਅਤੇ ਟੂ ਵੀਲ ਡਰਾਈਵ ਵਿੱਚ ਪਹਿਲੇ ਆਪਾਂ ਗੱਲ ਕਰ ਲੈਂਦੇ ਹਾਂ ਵੀ ਅੰਤਰ ਕੀ ਹੈ, ਦੋਨਾਂ 'ਚ ਡਿਫਰੈਂਟ ਕੀ ਹੈ, ਫਾਰਮਰ ਫੋਰ ਵੀਲ ਡਰਾਈਵ ਕਿਉਂ ਲਵੇ? ਦੇਖੋ ਜੀ, ਫਾਰਮਰ ਨੂੰ ਫੋਰ ਵੀਲ ਡਰਾਈਵ ਲੈਣ ਦਾ ਲਾਭ ਬਹੁਤ ਜ਼ਿਆਦਾ ਹੈ, ਕਿਉਂਕਿ ਦੇਖੋ ਜੇ ਆਪਾਂ 40 HP ਦੀ ਗੱਲ ਕਰਦੇ ਹਾਂ, ਜੇ 40 HP ਦਾ ਟਰੈਕਟਰ ਜਿਹੜਾ ਹੈਗਾ ਇਹ 10 ਪਾਵਰ ਵੱਧ ਦਾ ਕੰਮ ਕਰੂਗਾ, 50 HP ਦੇ ਬਰਾਬਰ ਟੂ ਵੀਲ ਡਰਾਈਵ ਦੇ ਕੰਮ ਕਰੂਗਾ। ਠੀਕ ਹੈ। ਇਹ ਸਾਡਾ 40 HP ਦਾ ਟਰੈਕਟਰ ਆ, ਫੋਰ ਵੀਲ ਡਰਾਈਵ ਆ। ਠੀਕ ਹੈ। ਹਾਈ ਲੋ ਗੇਅਰ ਦੇ ਵਿੱਚ ਹੈ। ਠੀਕ ਹੈ। ਜਿਵੇਂ ਕਿ ਅੱਜ ਕੱਲ੍ਹ ਆਲੂ ਵਾਲੇ ਕਿਸਾਨ ਇਹ ਟਰੈਕਟਰ ਸਾਡਾ ਬਹੁਤ ਖਰੀਦ ਰਹੇ ਨੇ, ਉਹਦੇ ਵਿੱਚ ਜਿਵੇਂ ਆਲੂਆਂ ਨੂੰ ਮਿੱਟੀ ਲਗਾਉਣੀ ਜਾਂ ਆਲੂਆਂ ਦੀ ਬੁਆਈ ਕਰਨੀ ਜਾਂ ਪਟਾਈ ਕਰਨੀ, ਉਹਦੇ ਵਾਸਤੇ ਬਹੁਤ ਵਧੀਆ ਟਰੈਕਟਰ ਆ, ਬੈਸਟ ਪਰਫੋਰਮੈਂਸ ਆ। ਫੋਰ ਵੀਲ ਡਰਾਈਵ ਟਰੈਕਟਰ ਦਾ ਫਾਇਦਾ ਕਿਸਾਨ ਨੂੰ ਇਹ ਹੋ ਜਾਂਦਾ ਜੀ, ਦੇਖੋ ਇਹਦਾ ਇੱਕ ਤਾਂ ਡੀਜ਼ਲ ਖਰਚਾ ਘਟੂਗਾ। ਠੀਕ ਹੈ। ਦੂਜੇ ਨੰਬਰ 'ਤੇ ਟਾਇਰਾਂ ਦੀ ਘਸਾਈ ਘੱਟ ਹੋਊਗੀ। ਠੀਕ ਹੈ। ਇਹ ਕਾਰਨ ਸੈਲਫ ਨਹੀਂ ਕਰਨਾ ਤਾਂ ਕਰਕੇ ਕਾਰਨ ਦੇਖੋ, ਜੇਕਰ ਆਪਣੇ ਟੂ ਵੀਲ ਡਰਾਈਵ ਟਰੈਕਟਰ ਹੈਗਾ, ਜਦੋਂ ਆਪਾਂ ਖੇਤ ਦੇ ਵਿੱਚ ਚਲਾਵਾਂਗੇ ਉਦੋਂ 15-20% ਜਿਹੜਾ ਸਲਿਪਿੰਗ ਦੇ ਵਿੱਚ ਟਾਈਮ ਜਾਂਦਾ। ਬਿਲਕੁਲ। ਫੋਰ ਵੀਲ ਡਰਾਈਵ ਦੇ ਵਿੱਚ ਉਹ 15% ਘੱਟ ਜਾਂਦਾ। ਠੀਕ ਹੈ। ਇੱਕ ਤਾਂ ਟਾਈਮ ਬਚੂਗਾ ਆਪਣਾ, ਉਸ ਦੇ ਨਾਲ ਇੱਕ ਤਾਂ ਖੇਤ ਵਾਹੁਣ ਦਾ ਟਾਈਮ ਬਚ ਜਾਂਦਾ, ਕਸਾਈ ਬਚੂ, ਦੂਸਰੇ ਨੰਬਰ 'ਤੇ ਟਾਈਲ ਕਸਾਈ ਘੱਟ ਗਈ, ਡੀਜ਼ਲ ਖਰਚਾ ਘੱਟ ਗਿਆ। ਠੀਕ ਹੈ। ਦੇਖੋ ਜੀ, ਜੇ ਕੋਈ ਮਿਸਾਲ ਤੌਰ 'ਤੇ ਗੱਲ ਕਰਦੇ ਆਪਣਾ ਕੋਈ ਕਿੱਲਾ 10 ਮਿੰਟ ਦੇ ਵਿੱਚ ਰਾਊਂਡ ਕਰਦੇ ਹਾਂ ਆਪਾਂ, ਤਾਂ ਜਿਹੜਾ ਫੋਰ ਵੀਲ ਡਰਾਈਵ ਟਰੈਕਟਰ ਹੋਊਗਾ ਉਹ 7-8 ਮਿੰਟ ਦੇ ਵਿੱਚ ਉਹ ਕਿੱਲਾ ਕਰੂਗਾ। ਉਹਦੇ ਵਿੱਚ ਆਪਾਂ ਨੂੰ 2-3 ਮਿੰਟ ਦੇ ਵਿੱਚ ਜਿੰਨਾ ਇੱਕ ਤਾਂ ਟਾਈਮ ਬਚ ਗਿਆ, ਦੂਜੇ ਨੰਬਰ 'ਤੇ ਆਪਣਾ ਡੀਜ਼ਲ ਬਚੂਗਾ 2-3 ਮਿੰਟ ਦਾ। ਬਾਕੀ ਜਿਹੜਾ ਕਿ ਇਹ ਮਿੱਟੀ ਪੋਲੀ ਰੱਖਦਾ, ਮਿੱਟੀ ਨੂੰ ਹਾਰਡ ਨਹੀਂ ਕਰਦਾ, ਆਪਣੀ ਫਸਲ ਦੀ ਉਪਜਾ ਸ਼ਕਤੀ ਦੇ ਵਿੱਚ ਵੀ ਵਾਧਾ ਹੁੰਦਾ। ਠੀਕ ਹੈ। ਹੁਣ ਆਪਾਂ ਇਹਦੀ ਗੱਲ ਕਰੀਏ ਵੀ ਇਹਦੀ ਕੀਮਤ ਕੀ ਰਹੂਗੀ, PTO ਪਾਵਰ ਕੀ ਹੈ ਇਹਦੀ, ਅਤੇ ਬਾਕੀ ਜਿਹੜੀ ਵਿਸ਼ੇਸ਼ਤਾ ਦੀ ਗੱਲਾਂ ਕਰੀਏ। ਦੇਖੋ ਜੀ, ਇਹਦੀ PTO ਪਾਵਰ ਜਿਹੜੀ 35 ਹੈ। ਠੀਕ ਹੈ ਜੀ। ਕੀਮਤ ਇਹਦੀ ਜੀ 8,70,000 ਰੁਪਈਆ, ਮੇਲੇ 'ਤੇ 20,000 ਦਾ ਡਿਸਕਾਊਂਟ। ਠੀਕ ਹੈ। 8.5 ਲੱਖ ਦਾ ਟਰੈਕਟਰ ਆ, ਫੋਰ ਵੀਲ ਡਰਾਈਵ, 5105 40 HP ਦੇ ਵਿੱਚ। ਠੀਕ ਹੈ। ਅਤੇ ਇਹਨੂੰ ਜਿਹੜਾ ਵੱਡਾ ਟਰੈਕਟਰ ਆਪਣਾ, ਆਪਾਂ ਹੁਣ ਉਹਦੇ ਬਾਰੇ ਗੱਲ ਕਰ ਲਈਏ ਵੀ ਇਹ ਕਿਹੜਾ ਫਾਰਮਰ ਲਵੇ, ਇਹਦੇ ਪਿੱਛੇ ਕਿੰਨੇ ਇੰਪਲੀਮੈਂਟ ਲੱਗੇ, ਤਵੀਆਂ ਅਤੇ ਹਲ ਕਿੰਨੇ ਲੱਗਣਗੇ? ਦੇਖੋ ਜੀ, ਇਹ 40 HP ਦਾ ਟਰੈਕਟਰ, 11 ਦੇ ਹਲ, 16 ਦੇ ਤਵੇ, 7 ਫੀਟ ਰੋਟਾਵੇਟਰ। ਠੀਕ ਹੈ। ਠੀਕ ਆ ਜੀ। ਉਹਦੇ ਲਈ ਕੰਫਰਟੇਬਲ ਹੈ? ਕੰਫਰਟੇਬਲ ਬਹੁਤ, ਮਤਲਬ ਜਿੱਥੇ 50 HP ਦਾ ਟਰੈਕਟਰ ਟੂ ਵੀਲ ਕੰਮ ਕਰੇਗਾ, ਸਾਡਾ 40 HP ਦਾ ਫੋਰ ਵੀਲ ਡਰਾਈਵ ਬਿਲਕੁਲ ਵਧੀਆ ਤਰੀਕੇ ਨਾਲ ਕੰਮ। ਠੀਕ ਹੈ। ਇਦੋਂ ਹੁਣ ਵੱਡਾ ਟਰੈਕਟਰ ਆਪਣੇ ਕੋਲ, ਉਸ ਤੋਂ ਵੱਡਾ ਸਾਡੇ ਕੋਲ ਟਰੈਕਟਰ ਆ ਜਾਂਦਾ ਜੀ 50 HP ਦੇ ਵਿੱਚ, 5210। ਠੀਕ ਹੈ। ਇਹਦੀ PTO ਪਾਵਰ ਹੈਗੀ ਜੀ 42.6। ਠੀਕ ਹੈ। ਠੀਕ ਹੈ ਜੀ। ਇਹਦੇ ਟਾਇਰ ਸਾਈਜ਼ 16-28 ਹੋ ਜਾਣਾ। ਠੀਕ ਹੈ। ਫਰੰਟ 'ਤੇ 11-24 ਦਾ ਹੋ ਜਾਣਾ। ਠੀਕ ਹੈ। 9-5-24 ਦਾ। ਇਹ ਤਾਂ ਫਿਰ ਛੋਟਾ ਹੀ ਹੈ ਪੂਰਾ। ਇਹ 50 HP ਦੇ ਵਿੱਚ ਬਹੁਤ ਵਧੀਆ ਟਰੈਕਟਰ ਹੈ। ਇਹਦੇ 'ਚ ਗੇਅਰ ਦੀਆਂ ਸਪੀਡਾਂ ਜਿਹੜੀਆਂ 4 ਆ ਜਾਣੀਆਂ, A, B, C ਅਤੇ D। ਅੱਛਾ। ਹਾਂਜੀ। ਇਹਦੇ 'ਚ ਡਬਲ ਡਿਸਟ੍ਰੀਬਿਊਟਰ, ਜਿਵੇਂ ਪਹਿਲਾਂ ਹਾਈ ਲੋ ਮੀਡੀਅਮ ਦਾ ਜ਼ਮਾਨਾ ਸੀਗਾ, ਉਸ ਤਰ੍ਹਾਂ ਜੋਨ ਡੀਅਰ ਦੇ ਵਿੱਚ A, B, C, D 4 ਸਪੀਡਾਂ ਗੇਅਰ ਰੇਂਜ ਆ ਗਈਆਂ। ਠੀਕ ਹੈ। ਇਹਦੀ ਲਿਫਟ ਕਪੈਸਿਟੀ 2000 KG ਦੀ ਆਊਗੀ। ਫਿਰ ਹੁਣ ਅੱਗੇ ਭੱਜਣ ਲਈ ਕਿੰਨੇ ਗੇਅਰ ਇਹਦੇ ਟੋਟਲ? ਅੱਗੇ ਭੱਜਣ ਲਈ ਇਹਦੇ ਜੀ 3।
ਠੀਕ ਹੈ। ਉਹਦੇ 'ਚ ਸਪੀਡਾਂ ਤੁਹਾਨੂੰ ਚਾਰ ਮਿਲ ਜਾਣੀਆਂ, ਠੀਕ ਹੈ। ਪਿੱਛੇ ਲਈ ਵੀ ਤਿੰਨ ਹੀ ਆ, ਠੀਕ ਹੈ। ਉਹਦੇ 'ਚ ਸਪੀਡਾਂ ਵੀ ਚਾਰ ਮਿਲ ਜਾਣੀਆਂ, ਠੀਕ ਹੈ। ਯਾਨੀ ਕਿ ਅੱਗੇ ਨੂੰ ਅਤੇ ਪਿੱਛੇ ਨੂੰ ਸਪੀਡਾਂ ਚਾਰ ਚਾਰ ਹੀ ਰਹਿਣਗੀਆਂ, ਠੀਕ ਹੈ। ਉਸ ਤੋਂ ਬਾਅਦ ਡਬਲ ਪੀਟੀਓ ਹੋਏਗੀ ਇਹਦੇ 'ਚ ਜੀ, ਡਬਲ ਡਿਸਟ੍ਰੀਬਿਊਟਰ ਆਊਗਾ ਜੀ, ਠੀਕ ਹੈ। ਉਹਦੇ 'ਤੇ ਸਰ ਫੀਚਰ ਦੇਖੋ, ਟਿਲਟ ਸਟੀਅਰਿੰਗ ਆ ਜਾਣਾ ਜੀ, ਠੀਕ ਹੈ। ਇੱਕ ਵਾਰ ਲਿਫਟ ਆ ਜਾਣੀ ਇਹਦੇ 'ਚ ਜੀ, ਠੀਕ ਹੈ। ਸਵਿੱਚ ਲੱਗੇ ਹੋਏ ਨੇ ਲਿਫਟ ਦੇ, ਠੀਕ ਹੈ। ਇਹਦੀ 50 HP ਦੇ ਵਿੱਚ, ਇਹਦੇ ਵਿੱਚ ਜੀ 13 ਦੇ ਹਲ, 18-20 ਦੇ ਤਵੇ, 8-foot ਰੂਟਾਵੇਟਰ, ਸੁਪਰ ਸੀਡਰ, ਲੇਜ਼ਰ ਲੇਵਲ, ਇਹੋ ਜਿਹੇ ਐਪਲੀਕੇਸ਼ਨ ਆਪਾਂ ਇਹਦੇ ਨਾਲ ਚਲਾ ਸਕਦੇ ਹਾਂ। ਅਤੇ ਇਹਦਾ ਖਰਚੇ ਦੀ ਆਪਾਂ ਗੱਲ ਕਰੀਏ ਵੀ ਕੀਮਤ ਕੀ ਲੱਗੀ? ਡੀਜ਼ਲ ਖਰਚਾ ਜਿੱਦਾਂ 50 HP ਦੇ ਕਿਸੇ ਵੀ ਟਰੈਕਟਰ ਦੇ ਮੁਕਾਬਲੇ ਬਿਲਕੁਲ ਸੇਮ ਰਹੂਗਾ, ਵੱਧ ਨਹੀਂ ਹੁੰਦਾ, ਠੀਕ ਹੈ। ਹਾਂਜੀ, ਬਾਕੀ ਤਾਂ ਕਸਟਮਰ ਦੇ ਚਲਾਉਣ 'ਤੇ ਆ, ਹਰੇਕ ਤਰ੍ਹਾਂ ਦੇ ਡਿਪੈਂਡ ਕਰਦਾ ਡੀਜ਼ਲ ਖਾਣਾ, ਲੇਕਿਨ ਡੀਜ਼ਲ ਇਹਦਾ ਕੋਈ ਇਹ ਨਹੀਂ ਵੀ ਬਿਲਕੁਲ ਜ਼ਿਆਦਾ ਖਾਏਗਾ ਜੌਨ ਡੀਅਰ ਦੇ ਨਾਂ ਤੋਂ, ਬਿਲਕੁਲ ਜੈਨੂਅਨ ਡੀਜ਼ਲ, ਠੀਕ ਹੈ। ਇਹਦੀ ਹੁਣ ਆਪਾਂ ਕੀਮਤ ਦੀ ਗੱਲ ਕਰੀਏ, ਇਹਦੀ ਕੀਮਤ ਜੀ 11,70,000 ਰੁਪਇਆ V2 ਮਾਡਲ ਦੀ ਹੈ ਜੀ, ਠੀਕ। ਸਾਡੇ ਕੋਲ ਇੱਕ V1 ਅਤੇ ਇੱਕ V2 ਮਾਡਲ ਆ ਰਿਹਾ, ਉਹਦਾ ਕੀ ਫਰਕ ਹੈ? ਦੇਖੋ ਜੀ, ਪਹਿਲਾਂ V1 ਮਾਡਲ ਆਉਂਦਾ ਸੀ, ਉਹਦੇ ਵਿੱਚ 1.9 ਤੋਰਾ ਦਾ ਜੀ ਗੇਅਰ ਦੇ ਵਿੱਚ, ਠੀਕ। ਇਹਦਾ 1.4 ਆ, ਜਿਸ ਤਰ੍ਹਾਂ ਵੀ ਸੁਪਰ ਸੀਡਰ ਦੀ ਗੱਲ ਕਰਦੇ ਆਪਾਂ, ਸੁਪਰ ਸੀਡਰ ਦੇ ਵਿੱਚ ਜਿਹੜਾ ਕਿ ਬਿਲਕੁਲ ਤੋਰੇ ਘੱਟ ਦੀ ਲੋੜ ਹੁੰਦੀ ਹੈ, ਇਸ ਕਰਕੇ ਆਪਣਾ ਜਿਹੜਾ ਟਰੈਕਟਰ ਹੈਗਾ ਇਹ ਸੁਪਰ ਸੀਡਰ 'ਤੇ ਵੀ ਪਰਫੈਕਟ, ਠੀਕ ਹੈ। ਉਸ ਤੋਂ ਬਾਅਦ ਸਾਡਾ ਜੀ 63 HP ਦਾ ਟਰੈਕਟਰ ਜੀ, 54,05, ਇਹ 75 HP ਦਾ, ਇਹ 75 HP ਦਾ, ਇਹਦੀ ਆਪਾਂ ਫਿਰ ਗੱਲ ਕਰਾਂਗੇ, ਪਹਿਲੇ ਆਪਾਂ ਗੱਲ ਕਰ ਲੈਂਦੇ ਹਾਂ 63 HP ਦੇ ਬਾਰੇ। ਇਹ 63 HP ਦੀ ਇਹਦੀ ਜੀ PTO ਪਾਵਰ ਜਿਹੜੀ 55 HP ਹੈ, ਇਹਦਾ ਜੀ ਟਾਇਰ ਸਾਈਜ਼ 16-9-30 ਹੋ ਜਾਣਾ ਜੀ, ਅਗਲਾ 11-9-24 ਦਾ ਹੋ ਜਾਣਾ, ਠੀਕ ਹੈ। ਇਹਦੇ ਵਿੱਚ ਉਸ ਦੇ ਨਾਲੋਂ ਕੁਝ ਕੁ ਵੱਖਰਾ, ਕਿਉਂਕਿ ਇਹਦੇ 'ਚ HPCR ਇੰਜਨ ਆ ਜਾਣਾ, ਠੀਕ ਹੈ ਜੀ, ਜਿਹਨੂੰ ਹਾਈ ਪ੍ਰੈਸ਼ਰ ਕੋਮਨ ਰੇਲ ਇੰਜਨ ਦਾ ਨਾਂ ਲੈਂਦੇ ਹਾਂ, ਠੀਕ ਹੈ। ਪਲੱਸ ਇਹਦੇ 'ਚ 2500 kg ਦੀ ਲਿਫਟ ਆ ਜਾਣੀ ਹੈ ਜੀ, ਠੀਕ ਹੈ। LED ਲਾਈਟਾਂ ਆ ਜਾਣੀਆਂ, ਟਿਲਟ ਸਟੀਅਰਿੰਗ, ਬਾਕੀ ਟਰੈਕਟਰਾਂ 'ਚ LED ਲਾਈਟ ਹੈ ਨਹੀਂ? ਨਹੀਂ, ਉਹਨਾਂ 'ਚ LED ਲਾਈਟਾਂ ਨਹੀਂ, ਉਹ 'ਚ ਮੈਕੋ ਪੰਪ ਹੈ। 50 HP ਦਾ ਜਦੋਂ 50 HP ਤੋਂ ਉੱਪਰ ਆਉਣੇ ਆ ਉਦੋਂ ਜਿਹੜਾ ਹੈਗਾ ਉਹ CRD ਇੰਜਨ ਆ ਜਾਣਾ, ਠੀਕ ਹੈ। ਇਹਦੇ ਵਿੱਚ ਜਿਹੜੇ ਡਿਸਟ੍ਰੀਬਿਊਟਰ ਦੇ ਵਾਲ ਵੀ 4 ਆ ਜਾਣੇ ਆ, ਠੀਕ ਹੈ। ਇਹਦੇ ਵਿੱਚ ਜਿਸ ਤਰ੍ਹਾਂ ਇਹ ਦੇਖੋ, ਜਿਵੇਂ ਕਿ ਆਪਾਂ ਹੈਵੀ ਹੈਰੋਂ ਤਵੀਆਂ ਲਾਉਣੀਆਂ ਜਾਂ ਹਲ ਹੋ ਗਏ ਜਾਂ ਕਿਸੇ ਵੀ ਤਰ੍ਹਾਂ ਦੇ ਐਪਲੀਕੇਸ਼ਨ ਜਿਹੜੇ ਕਿ ਆਪਾਂ ਨੂੰ ਡਿਸਟ੍ਰੀਬਿਊਟਰ ਦੀ ਲੋੜ ਪੈਣੀ ਹੈ, ਇਹ ਵਾਲ 4 ਨੇ। ਕਈ ਵਾਰ ਫੋਲਡਿੰਗ ਹਲ ਨੇ, ਉਹ ਇਹਨਾਂ ਤੋਂ 2 ਤੋਂ ਜੇ ਹੁਣ 4 ਹੋ ਗਏ, 4 ਦੀ ਲੋੜ ਪੈਂਦੀ ਹੈ ਵੀ ਖੁੱਲ੍ਹੇ ਵੀ ਛੱਡਣੇ। ਜਿਵੇਂ ਕਿ ਵੈਕਿਊਮ ਪਲਾਂਟਰ 'ਤੇ ਜੇ ਟਰੈਕਟਰ ਚਲਾਉਣਾ ਤਾਂ ਉਹਦੇ ਵਿੱਚ ਇੱਕ ਜਿਹੜਾ ਨਿਸ਼ਾਨ, ਅੱਜ ਮੈਂ ਹੁਣ ਇੱਕ ਕੱਲ੍ਹ ਪਰਸੋਂ ਨਾ ਇੱਕ ਵੀਡੀਓ ਦੇਖੀ ਸੀ ਫੇਸਬੁੱਕ 'ਤੇ, ਉਹ ਨਰਮਾ ਕੋਟਨ ਬਿਜਾਈ ਮਸ਼ੀਨ, ਅਤੇ ਕੋਟਨ ਬਿਜਾਈ ਦੇ ਜਿਵੇਂ ਦੋਵੇਂ ਪਾਸੇ ਲੀਆਂ ਖਿੱਚਣ ਨੂੰ ਹੁੰਦੀ ਆ, ਨਿਸ਼ਾਨ ਛੱਡਣਾ ਹੋਵੇ ਉਹਦੇ ਵੀ ਪੰਪ ਲਾ ਤੇ, ਬਿਲਕੁਲ ਹਾਂ, ਉਹਦੇ ਪੰਪ ਲਾ ਤੇ ਨਿਸ਼ਾਨ ਛੱਡਣਾ, ਉਹਦੇ ਲਈ ਆਪਾਂ ਨੂੰ 4 ਡਿਸਟ੍ਰੀਬਿਊਟਰ ਜ਼ਰੂਰ ਚਾਹੀਦੇ, ਬਿਲਕੁਲ ਜੀ, ਠੀਕ ਹੈ, ਠੀਕ ਹੈ। ਅਤੇ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਅੱਗੇ 75 HP ਦੇ ਬਾਰੇ, ਉਸ ਤੋਂ ਬਾਅਦ 75 HP ਟਰੈਕਟਰ ਸਾਡਾ ਜੀ, ਠੀਕ ਹੈ। ਇਹ 75 HP ਆ, ਇਹਦਾ ਜੀ 74 HP ਦਾ ਟਰੈਕਟਰ ਸਾਡਾ ਜੀ, ਇਹਦੇ 4 OP ਵਗੈਰਾ ਲੱਗੀ ਜਾਊਗੀ, ਬਾਕੀ ਫੀਚਰ ਇਹਦੇ ਸੇਮ HPCR, ਠੀਕ ਹੈ। ਪਿਛਲੇ ਟਾਇਰ ਦਾ 18 ਨੰਬਰ ਹੋ ਜਾਣਾ, ਠੀਕ ਹੈ। ਟਾਇਰ ਸਾਈਜ਼ ਵੱਡਾ ਹੋ ਜਾਣਾ, ਫਰੰਟ ਵਾਲਾ ਵੀ 12 ਨੰਬਰ ਹੋ ਜਾਣਾ, ਠੀਕ ਹੈ। ਬਾਕੀ ਇਹਦੇ ਤੇ ਜੀ ਜਿਵੇਂ ਅੱਜ ਕੱਲ੍ਹ ਵੱਡੇ ਜਿੰਨੀਆਂ ਵੀ ਚੀਜ਼ਾਂ ਚੱਲਦੀਆਂ ਸਾਰੀਆਂ ਚਲਾਉਣਾ ਜੀ, ਸਾਰੀਆਂ ਵੱਡੇ ਕਿਸਾਨ ਵਾਸਤੇ ਟਰੈਕਟਰ, ਠੀਕ ਹੈ। ਸਾਈਲੇਜ ਮਸ਼ੀਨਾਂ ਮਸ਼ੀਨਾਂ ਸਾਰੀਆਂ, ਬਾਕੀ 4-wheel ਡਰਾਈਵ ਟਰੈਕਟਰ ਬਹੁਤ ਵਧੀਆ, ਅੱਜ ਹਰ ਦੂਜਾ ਟਰੈਕਟਰ ਜੌਨ ਡੀਅਰ ਕੰਪਨੀ 4-wheel ਡਰਾਈਵ ਵੇਚ ਰਹੀ ਹੈ, ਇਹ ਨਹੀਂ ਵੀ ਛੋਟਾ ਕਿਸਾਨ ਜਾਂ ਵੱਡਾ। ਇਹਦੀ ਕੀਮਤ ਕੀ ਰੱਖੀ ਹੈ ਕੰਪਨੀ ਨੇ? ਇਹਦੀ ਕੀਮਤ ਜੀ 17.5 lakh, ਠੀਕ ਹੈ। ਅਤੇ ਕੋਈ ਮੇਲਾ ਡਿਸਕਾਊਂਟ? ਹਾਂ, 20,000 rupees ਮੇਲਾ ਡਿਸਕਾਊਂਟ, ਠੀਕ ਹੈ। ਧੰਨਵਾਦ। ਆਪਾਂ ਅੱਗੇ ਜਿਹੜੀ ਗੱਲਾਂ ਹੈ ਉਹ ਕੰਪਨੀ ਦੇ ਨਾਲ ਤੁਸੀਂ ਕਰ ਸਕਦੇ ਹੋ, ਕੰਪਨੀ ਦੇ ਟੋਲ ਫਰੀ ਨੰਬਰ ਹੈ ਜੀ, ਨਜ਼ਦੀਕੀ ਜਿਹੜਾ ਡਿਸਟ੍ਰੀਬਿਊਟਰ ਉਹਦੇ ਨਾਲ ਹੈ, ਹਾਂਜੀ, ਕਰ ਸਕਦੇ ਹੋ।